ਬੇਅਦਬੀ ਜੋ ਬੇਅਦਬੀ ਵਾਲੇ ਮਾਮਲੇ ਦੇ ਅੰਦਰ ਸਾਡਾ ਬੜਾ ਬੜਾ ਸਿੱਧਾ ਮਾਮਲਾ ਕਿ ਦੋਸ਼ੀ ਫੜੇ ਜਾਣੇ ਚਾਹੀਦੇ ਆ ਔਰ ਇਹ ਸਰਕਾਰ ਵੀ ਇਹ ਕਹਿ ਕੇ ਆਈ ਕਿ ਅਸੀਂ ਦੋਸ਼ੀਆਂ ਨੂੰ ਜਿਹੜਾ ਸਾਡੀ ਸਰਕਾਰ ਬਣਾਓ ਦਿਨਾਂ 'ਚ ਹੀ ਜਿਹੜਾ ਫੜ ਲਾਂਗੇ। ਐਡਾ ਲੰਬਾ ਮਾਮਲਾ ਹੋ ਗਿਆ ਲੇਕਿਨ ਸਹੀ ਦੋਸ਼ੀਆਂ ਤੱਕ ਪੁੱਜਣ 'ਚ ਸਰਕਾਰ ਨਾਕਾਮਯਾਬ ਹੋਈ ਹੈ ਔਰ ਇਸੇ ਮਾਮਲੇ 'ਚ ਨਹੀਂ ਜਿਹੜੀ ਜਿਹੜੀ ਵੀ ਕਮਿਟਮੈਂਟ ਇਹਨਾਂ ਨੇ ਕੀਤੀ ਸੀ ਉਹਦੇ ਸਾਰੇ 'ਚ ਇਹਨਾਂ ਦਾ ਫੇਲੂਅਰ ਹੋਇਆ। ਸਰ ਆਪ ਦੇ ਕਈ ਐਮਐਲਏ ਨੇ ਹਜੇ ਤੱਕ ਆਪਣਾ ਪ੍ਰੋਪਰਟੀ ਦਾ ਵੇਰਵਾ ਦਿੱਤਾ 31 ਜਨਵਰੀ ਜਿਹੜੀ ਲਾਸਟ ਸੀਗੀ ਤੇ ਹਜੇ ਤੱਕ ਵੇਰਵਾ ਦਿੱਤਾ ਕਈ ਐਮਐਲਏ ਹੈਗੇ ਸੀ ਹੁਣ ਇਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ। ਸ਼ਰਮਾ ਜੀ ਜਿਹੜੀ ਮੈਂ ਇਹ ਕਹਿ ਸਕਦਾ ਕਿ ਮੈਂ ਦੇ ਦਿੱਤਾ ਹੈਗਾ ਬੰਦੇ ਸਾਹਿਬ ਜਿਹੜੀ ਈਡੀ ਨੇ ਰੇਡ ਕੀਤੀ ਆ ਜਿਹੜੀ ਈਡੀ ਨੇ ਰੇਡ ਕੀਤੀ ਜਿਹੜੀ ਚਰਚਾਂ ਦੇ ਉੱਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜੀ ਈਡੀ ਨੇ ਜਲੰਧਰ ਦੇ ਦੋ ਚਰਚਾਂ ਦੇ ਰੇਡ ਕੀਤੀ। ਇੱਕ ਮਿੰਟ ਗੱਲ ਸੁਣੋ ਜੀ, ਇਸ ਇਹ ਦੇਸ਼ ਜਿਹੜਾ ਹੈ ਉਹ ਸੰਵਿਧਾਨ ਔਰ ਕਾਨੂੰਨ ਦੇ ਅਨੁਸਾਰ ਚੱਲਦਾ ਜੀ ਜੀ। ਹੁਣ ਈਡੀ ਦੇ ਕੋਲ ਕੋਈ ਇਨਫੋਰਮੇਸ਼ਨ ਹੋਏਗੀ ਜੀ ਤੇ ਉਹਨੇ ਕਾਰਵਾਈ ਤਾਂ ਕਰਨੀ ਹੈ ਨਾ ਜੀ। ਉਹਨਾਂ ਕੋਲ ਕੋਈ ਇਨਫੋਰਮੇਸ਼ਨ ਹੋਏਗੀ ਉਹਦੇ ਅੰਦਰ ਜੋ ਵੀ ਨਿਕਲ ਕੇ ਆਏਗਾ ਸਭ ਦੇ ਸਾਹਮਣੇ ਆਣਾ। ਬਾਰ ਬਾਰ ਇੱਕੋ ਹੀ ਕੁਐਸਚਨ ਜਿਹੜਾ ਆਉਂਦਾ ਪਹਿਲਾਂ ਇੱਕ ਮਿੰਟ ਕਰੋ। ਹੁਣ ਇਹ ਕਾਨੂੰਨੀ ਪ੍ਰਕਿਰਿਆ ਦੇ ਮਾਮਲੇ ਹੁੰਦੇ ਨੇ, ਹੁਣ ਕਈ ਬੰਦੀ ਸਿੱਖ ਛੁਡੋਏ ਨੇ ਉਹਨਾਂ ਦੀ ਚਰਚਾ ਕਿਉਂ ਨਹੀਂ ਕਰਦੇ ਆਪਾਂ ਸਮਾਜ ਦੇ ਅੰਦਰ? ਮੇਰੇ ਇੱਕ ਮਿੰਟ ਗੱਲ ਸੁਣੋ, ਅਸੀਂ ਸਮਾਜ ਨੂੰ ਜੋੜਨ ਵਾਲੀਆਂ ਗੱਲਾਂ ਕਰੀਏ ਔਰ ਇੱਕ ਆਪਣਾ ਐਸਾ ਮੀਡੀਆ ਬਣੀਏ ਜਿਹਦੇ ਨਾਲ ਪੰਜਾਬ ਦਾ ਵੀ ਹਿੱਤ ਹੋਏ, ਦੇਸ਼ ਦਾ ਵੀ ਹਿੱਤ ਹੋਏ ਔਰ ਇਹਦੇ ਅੰਦਰ ਜੁੜੇ ਸਮਾਜ। ਸ਼ਰਮਾ ਜਿੰਨੀ ਚੋਣ ਬੰਦੀ ਸਿੱਖ ਛੁਡੋਏ ਨੇ ਪਿਛਲੇ 2-3 ਮਹੀਨਿਆਂ 'ਚ ਉਹਨਾਂ ਦੀ ਚਰਚਾ ਕਿਉਂ ਨਹੀਂ ਕਰਦੇ? ਕੋਈ ਕਾਨੂੰਨੀ ਪ੍ਰਕਿਰਿਆ ਹੈ ਉਹਦੇ ਅੰਦਰ, ਜਿਹੜੇ ਜੇ ਕੋਈ ਹੈਗਾ ਉਹ ਕਾਨੂੰਨ ਦੇ ਹਿਸਾਬ ਨਾਲ ਹੀ ਹੋਣਾ। ਹਿਮਾਚਲ ਸਰ ਚੰਡੀਗੜ੍ਹ ਤੱਕ ਦੇ ਤਾਰੇ ਉਪ ਮੁੱਖ ਮੰਤਰੀ ਨੇ ਕਿਹਾ ਵੀ ਚੰਡੀਗੜ੍ਹ 'ਚ ਸਾਡਾ ਵੀ ਹਿੱਸਾ ਹੈਗਾ। ਨਹੀਂ, ਚੰਡੀਗੜ੍ਹ ਦੇ ਮਾਮਲੇ 'ਚ ਬੀਜੇਪੀ ਨੇ ਆਪਣਾ ਸਟੈਂਡ ਬੜਾ ਸਾਫ਼ ਕੀਤਾ ਔਰ ਪਾਣੀ ਦੇ ਮਾਮਲੇ ਦੇ ਅੰਦਰ ਵੀ ਅਸੀਂ ਆਪਣੀ ਵਰਕਿੰਗ ਕਮੇਟੀ ਦੇ ਅੰਦਰ ਅਗਰ ਕੋਈ ਚੀਜ਼ ਪਾਸ ਕਰਦੇ ਹਾਂ ਉਹ ਇੱਕ ਡਾਕੂਮੈਂਟ ਆ ਜਿਹੜਾ ਕਿ ਪਰਮਾਨੈਂਟ ਜਿਹੜਾ ਰਹਿੰਦਾ ਹੈਗਾ ਪਾਰਟੀ ਦੇ ਕੋਲ। ਪਾਰਟੀ ਜਦੋਂ ਦੀ ਬੀਜੇਪੀ ਬਣੀ ਸੀ ਜਨਸੰਘ ਦੇ ਸਮੇਂ ਤੋਂ ਲੈ ਕੇ ਅਸੀਂ ਉਹ 'ਚ ਕਿਹਾ ਸੀ 370 ਤੋੜਾਂਗੇ, ਉਹ ਸਾਡਾ ਇੱਕ ਡਾਕੂਮੈਂਟ ਸੀ। ਰਾਮ ਮੰਦਿਰ ਬਣਾਵਾਂਗੇ ਉਹ ਸਾਡਾ ਡਾਕੂਮੈਂਟ ਸੀ। ਇਹਨਾਂ ਚੰਡੀਗੜ੍ਹ ਦੇ ਉੱਤੇ ਬੀਜੇਪੀ ਦਾ ਇਹ ਮੰਨਣਾ ਹੈ ਪੰਜਾਬ ਦਾ ਅਧਿਕਾਰ ਹੈ, ਪਾਣੀਆਂ 'ਤੇ ਪੰਜਾਬ ਦਾ ਅਧਿਕਾਰ ਹੈ, ਪੰਜਾਬ ਕੋਲ ਪਾਣੀ ਨਹੀਂ ਹੈ, ਇਸ ਕਰਕੇ ਪ੍ਰਸ਼ਨ ਹੁਣ ਸਮਾਪਤ ਹੋਣਾ ਚਾਹੀਦਾ। ਨਹੀਂ, ਚੰਡੀਗੜ੍ਹ ਦੇ ਮਾਮਲੇ 'ਚ ਬੀਜੇਪੀ ਨੇ ਆਪਣਾ ਸਟੈਂਡ ਬੜਾ ਸਾਫ਼ ਕੀਤਾ ਔਰ ਪਾਣੀ ਦੇ ਮਾਮਲੇ ਦੇ ਅੰਦਰ ਵੀ ਅਸੀਂ ਆਪਣੀ ਵਰਕਿੰਗ ਕਮੇਟੀ ਦੇ ਅੰਦਰ ਅਗਰ ਕੋਈ ਚੀਜ਼ ਪਾਸ ਕਰਦੇ ਹਾਂ ਉਹ ਇੱਕ ਡਾਕੂਮੈਂਟ ਆ ਜਿਹੜਾ ਕਿ ਪਰਮਾਨੈਂਟ ਜਿਹੜਾ ਰਹਿੰਦਾ ਹੈਗਾ ਪਾਰਟੀ ਦੇ ਕੋਲ। ਪਾਰਟੀ ਜਦੋਂ ਦੀ ਬੀਜੇਪੀ ਬਣੀ ਸੀ ਜਨਸੰਘ ਦੇ ਸਮੇਂ ਤੋਂ ਲੈ ਕੇ ਅਸੀਂ ਉਹ 'ਚ ਕਿਹਾ ਸੀ 370 ਤੋੜਾਂਗੇ, ਉਹ ਸਾਡਾ ਇੱਕ ਡਾਕੂਮੈਂਟ ਸੀ। ਰਾਮ ਮੰਦਿਰ ਬਣਾਵਾਂਗੇ ਉਹ ਸਾਡਾ ਡਾਕੂਮੈਂਟ ਸੀ। ਇਹਨਾਂ ਚੰਡੀਗੜ੍ਹ ਦੇ ਉੱਤੇ ਬੀਜੇਪੀ ਦਾ ਇਹ ਮੰਨਣਾ ਹੈ ਪੰਜਾਬ ਦਾ ਅਧਿਕਾਰ ਹੈ, ਪਾਣੀਆਂ 'ਤੇ ਪੰਜਾਬ ਦਾ ਅਧਿਕਾਰ ਹੈ, ਪੰਜਾਬ ਕੋਲ ਪਾਣੀ ਨਹੀਂ ਹੈ, ਇਸ ਕਰਕੇ ਪ੍ਰਸ਼ਨ ਹੁਣ ਸਮਾਪਤ ਹੋਣਾ ਚਾਹੀਦਾ।